ਥਾਣਾ ਸਦਰ ਕੋਟਪੁਰਾ ਚ ਇੱਕ ਘਟਨਾ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਇੱਕ ਸਵਿਫਟ ਡਿਜ਼ਾਇਰ ਗੱਡੀ ਸਮੇਤ 300 ਨਸ਼ੀਲੀਆਂ ਗੋਲੀਆਂ ਦੇ ਨਾਲ ਫੜ ਕੇ ਮਾਮਲਾ ਦਰਜ ਕਰ ਪੁੱਛਗਿੱਛ ਦੇ ਦੌਰਾਨ ਇਹਨਾਂ ਦੀ ਕੁਆਲੀਫਿਕੇਸ਼ਨ ਸੁਣ ਕੇ ਅਚੰਭਾ ਜਿਹਾ ਹੋਇਆ। ਇੱਕ ਲੜਕਾ ਮਕੈਨੀਕਲ ਇੰਜੀਨੀਅਰ, ਦੂਜਾ BSc ਐਗਰੀਕਲਚਰ, ਤੀਜਾ +2 ਡਿਪਲੋਮਾ ਕੰਪਿਊਟਰ ਅਤੇ ਚੌਥਾ +2 ਨੈਲੀ ਕੋਰਸ ਪੁੱਛਣ ਤੇ ਕੋਈ ਨੌਕਰੀ ਨਾ ਮਿਲਣ ਦੇ ਚੱਲਦਿਆਂ ਪਰੇਸ਼ਾਨੀ ਦੇ ਚੱਲਦੇ ਇਹ ਸਭ ਕਰਨ ਨੂੰ ਮਜਬੂਰੀ ਦੱਸ ਰਹੇ ਸਨ। ਮਾਨਯੋਗ SSP ਸਾਹਿਬ ਫਰੀਦਕੋਟ, DSP ਮਨਵਿੰਦਰ ਵੀਰ ਕੋਟਕਪੂਰਾ ਦੇ ਦਿਸ਼ਾ ਨਿਰਦੇਸ਼ਾਂ ਦੀ ਪੂਰਤੀ ਕਰਦੇ ਹੋਏ ਅਸੀਂ ਨਸ਼ੇ ਦੀ ਮੁਹਿੰਮ, ਨਸ਼ੇ ਨੂੰ ਰੋਕਣ ਵਾਸਤੇ ਨਸ਼ੇ ਦੀ ਮੁਹਿੰਮ ਵਿੱਢੀ ਹੋਈ ਆ। ਕੱਲ੍ਹ ਢਿੱਲਵਾਂ ਤੋਂ ਸਿਵਿਆਂ ਨੂੰ ਥਾਣਾ ਸਦਰ ਦੀ ਪੁਲਿਸ ASI ਚਰਨਜੀਤ ਸਮੇਤ ਪਾਰਟੀ ਨਾਲ ਗਸ਼ਤ ਜਾ ਰਹੇ ਸੀ। ਅੱਗੋਂ ਇੱਕ ਡਿਜ਼ਾਇਰ ਕਾਰ ਜਿਸ ਵਿੱਚ 4 ਨੌਜਵਾਨ ਸੀ, ਇਹਨਾਂ ਨੂੰ ਰੋਕ ਕੇ ਉਹਨਾਂ ਦੀ ਸਰਚ ਕਰੀ ਤਾਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸ 'ਤੇ FIR ਨੰਬਰ 60 ਦਰਜ ਕਰਕੇ ਇਨਵੈਸਟੀਗੇਸ਼ਨ ਕਰ। ਕੋਟਪੁਰਾ ਤੋਂ ਤਰਸੇਮ ਚੋਪੜਾ ਦੀ ਰਿਪੋਰਟ, ਚੈਨਲ 2।